ਲੈ ਘਰ ਤਾਂ ਇਹਨਾਂ ਦਾ ਆ ਗਿਆ ਮੇਰੇ ਤਾਂ ਪੈਰ ਪਿੱਛੇ ਨੂੰ ਜਾਂਦਾ ਇਹਨਾਂ ਦੇ ਘਰ ਨੂੰ ਤਾਂ ਪੈਰ ਹੀ ਨਹੀਂ ਪੱਟਿਆ ਜਾਂਦਾ ਹੁਣ ਆਏ ਨਹੀਂ ਪਤਾ ਊ ਨਾ ਕੋਈ ਸੱਟ ਫੇਟ ਮਾਰਨ ਇਹਨਾਂ ਦਾ ਕੋਈ ਪਤਾ ਨਹੀਂ ਉਹਦਾ ਹਰਪ੍ਰੀਤ ਜੀ ਤਾਂ ਚੰਬਲੀ ਹੋਈ ਆ ਹੁਣ ਮਾਫੀ ਤਾਂ ਮੰਗੂੰਗੀ ਮਾਫੀ ਤਾਂ ਹੁਣ ਮੰਗਣੀ ਪਊ ਇਹਨਾਂ ਦੇ ਮੂਹਰੇ ਗੱਲ ਕਰ ਹੁਣ ਜੇ ਕੋਈ ਸੱਟ ਫੇਟ ਮਾਰੀ ਹੋ ਸਿਆਲ ਦਾ ਮਹੀਨਾ ਮੂਹਰੇ ਆਰਾਮ ਵੀ ਨਹੀਂ ਆਉਣਾ ਹੋਰ ਗਰਮ ਪੱਟੀਆਂ ਬੰਨੀ ਜਾਊਂਗੀ ਸਿਆਲ 'ਚ ਹੁਣ ਪਤਾ ਨਹੀਂ ਕਿਤ ਕੋਈ ਸਾਹਮਣੇ ਨਹੀਂ ਦੀਂਦਾ ਮੋਟਰਸਾਈਕਲ ਜਿਹਾ ਤਾਂ ਖੜਾ ਜਿਵੇਂ ਗੁਰਲਾਲ ਘਰੇ ਹੁੰਦਾ ਹੈਗਾ ਮੈਂ ਗੁਰਲਾਲ ਪਤਾ ਨਹੀਂ ਕੋਈ ਨਹੀਂ ਦੀਂਦਾ ਸਾਹਮਣੇ ਮੈਂ ਤਾਂ ਜਰਕ ਦੇ ਨੇ ਮੁੜ ਜੂੰਗੀ ਪੰਜ ਚਾਰ ਗੱਲਾਂ ਕਰਕੇ ਇਹਨਾਂ ਨਾਲ ਜੇ ਬਾਹਲਾ ਚਿਰ ਖੜੀ ਤਾਂ ਇਹਨਾਂ ਦਾ ਹੀ ਨਹੀਂ ਪਤਾ ਅੰਦਰ ਖਿੱਚ ਕੇ ਲੈ ਜਾਣ ਹਰਪ੍ਰੀਤ ਤਾਂ ਮੇਰੇ 'ਤੇ ਲੱਗਦੀ ਆ ਹਜੇ ਰਾਜਵੀਰ ਦੀ ਮਦਦ ਕਰੂਗੀ ਜੇ ਕਰੀ ਤਾਂ ਰਾਜਵੀਰ ਨੇ ਜਾਂ ਗੁਰਲਾਲ ਨੇ ਹਰਪ੍ਰੀਤ ਤਾਂ ਹੁਣ ਬਹਾਨਾ ਭਾਲਦੀ ਆ ਮੇਰੇ ਮਾਰਨ ਨੂੰ ਕੋਈ ਨਹੀਂ ਦੀਂਦਾ ਸਾਹਮਣੇ ਲੈ ਹੁਣ ਮੈਂ ਮੁੜ ਕੇ ਵੀ ਜਾਣਾ ਕਿ ਮੈਂ ਤਾਂ ਹੁਣ ਮਾਫੀ ਮੁਫੀ ਮੰਗ ਕੇ ਨਾ ਤਾਂ ਉੱਥੇ ਬਾਗ ਜਾ ਮੁੜ ਜਾ ਗਲਤੀਆਂ ਗੁਲਤੀਆਂ ਮੰਨ ਕੇ ਕੇਰਾਂ ਕੇਰਾਂ ਰਾਜੀ ਬੰਦਾ ਹੋ ਜੇ ਰਾਜਵੀਰ ਜਾਵੇ ਨਾ ਜਾਵੇ ਇਹਦੇ ਘਰੇ ਮੈਂ ਤਾਂ ਕੇਰਾਂ ਗਲਤੀ ਮੰਨ ਕੇ ਬਾਗ ਜਾਣੀ ਹੈ ਲੋ ਹਰਪ੍ਰੀਤ ਕਹਿੰਦੀ ਤਾਏ ਕੇ ਘਰੇ ਜਾ ਆ ਤਾਏ ਕੇ ਘਰੇ ਵੀ ਜਾ ਆਈ ਮੈਂ ਤਾਂ ਕਹਿ ਆਈ ਤਾਈ ਨੂੰ ਵੀ ਮੂੰਹ ਮੈਂ ਮਰ ਜਾ ਆ ਕਿੱਧਰ ਬੈਠੀ ਹੈ ਉਹੀ ਲੱਗਦੀ ਹੈ ਮੈਨੂੰ ਤਾਂ ਚੁੱਪ ਕਰਕੇ ਟੱਪ ਜਾਂਦੀ ਹਾਂ ਬੋਝ ਕੇ ਰਾਜਵੀਰ ਨਾ ਕਿਹੜੀ ਰਾਜਵੀਰ ਤੇਰੇ ਨਾਲ ਹੁਣ ਮੇਰਾ ਕੋਈ ਰਿਸ਼ਤਾ ਨਹੀਂ ਮੈਂ ਤਾਂ ਪਿੱਛੇ ਹੋ ਕੇ ਗੱਲ ਕਰ ਰਿਹਾ ਮੈਂ ਤੈਨੂੰ ਲੈਣ ਆਈ ਆ ਚੰਗਾ ਹੋਗਾ ਤੂੰ ਆ ਗਈ ਤੂੰ ਮੈਥੋਂ ਪੈ ਰਹੀ ਹੱਥ ਲਵਾ ਨਾ ਨਾ ਇਹ ਜਿਹਾ ਪਾ ਤੇ ਜਿਹੜਾ ਮੇਰੇ ਸਿਰ ਤੇ ਮੇਰੀ ਹੱਥ ਲਾਉਣਾ ਹੋ ਗਈ ਜਿਹੜੀ ਹੋਣੀ ਸੀ ਹੋ ਗਈ ਇੱਥੇ ਬੈਠੀ ਕੀ ਮੰਗਦੀਆਂ ਤੂੰ ਮੈਂ ਤੈਨੂੰ ਲੈਣ ਆਈ ਆ ਤੂੰ ਆ ਚਲ ਗਈ ਮੇਰੇ ਨਾਲ ਵਾ ਆਈ ਨਹੀਂ ਮੈਂ ਜਾਂਦੀ ਜੁੰਦੀ ਤੂੰ ਆ ਜਾ ਆਖੇ ਲੱਗ ਜਾ ਮੇਰੇ ਤੈਨੂੰ ਮੈਂ ਕੁਛ ਨਹੀਂ ਕਿਹਾ ਪੈ ਜੀ ਬੇਸ਼ੱਕੀ ਤੂੰ ਮੇਰੇ ਨਾਲ ਕਰੀ ਆ ਨਾ ਉਹੇ ਜੀ ਤਾਂ ਤੇਰੇ ਨਾਲ ਕਰਾਂਗੇ ਪਹਿਲਾਂ ਚਲ ਕੋਈ ਨਹੀਂ ਮੈਥੋਂ ਗਲਤੀ ਹੋ ਗਈ ਮੈਂ ਤੈਥੋਂ ਮਾਫੀ ਮੰਗਦੀ ਆ ਠੀਕ ਆ ਮੰਗੀ ਜਾ ਮੇਰੇ ਨਾਲ ਇਹ ਗਲਤੀ ਕਰੀ ਹੈ ਤੇ ਇੱਥੇ ਹੀ ਮਾਫੀ ਮੰਗਦੀ ਆ ਤੂੰ ਆ ਜਾ ਮੇਰੇ ਨਾਲ ਆ ਚੱਲ ਗਿਆ ਤਾਂ ਕਿਉਂ ਮੈਂ ਕਿਉਂ ਆ ਜਾ ਤੇਰੇ ਨਾਲ ਮੈਂ ਨਹੀਂ ਜਾਂਦੀ ਤੈਨੂੰ ਲੈਣ ਆਈ ਆ ਮੈਂ ਪਤਾ ਕੀ ਦੇ ਦੇ ਮੈਨੂੰ ਉਹ ਤੈਨੂੰ ਕੀ ਦੇਣਾ ਸੀ ਮੈਂ ਆ ਚੱਲ ਲੈ ਮੈਨੂੰ ਤਾਂ ਸੀ ਪਤਾ ਨਹੀਂ ਮਾ ਰਾਜਵੀਰ ਕੀ ਦੇ ਨਾ ਬੋਲੀ ਜਾਂਦੀ ਆ ਬੁੜੀ ਆ ਰਹੀ ਹੈ ਹੁਣ ਇਹਦਾ ਬਾਈ ਹੈ ਨਹੀਂ ਘਰੇ ਕੁੜੀ ਦਾ ਮਨ ਤਨ ਕਰੀ ਨਾ ਦੇਗੀ ਸਮਾਰ ਕੇ ਮੈਂ ਨਹੀਂ ਜਾਂਦੀ ਬੇਬੇ ਤੇਰੇ ਨਾਲ ਆ ਗਈ ਇੱਥੇ ਮੈਨੂੰ ਲੈਣ ਲੈ ਕਮਲ ਕੇ ਤੇਰੀ ਸੱਸ ਲੈਣ ਆਈ ਹੈ ਜਾਂਦੀ ਕਿਉਂ ਨਹੀਂ दूजे लोट हुंदा आपां तां स्वागत करना बेचारी दा कोई गल नहीं मासी तू सच तू सच इत्थे माफी दे दो तू सच वड्डी आ सी ते इत्थों छोटे आ ਸਾਡਾ ਫਰਜ਼ ਬਣਦਾ ਕੋਈ ਨਹੀਂ ਬੇਬੇ ਮੈਂ ਗੁੱਸਾ ਨਹੀਂ ਕਰਿਆ ਹੋ ਗਈ ਮੈਂ ਇਹ ਮੈਥੋਂ ਗਲਤੀ ਹੋ ਗਈ ਆ ਜਾ ਚੱਲ ਕੋਈ ਨਹੀਂ ਲਾ ਜਾ ਬੇਬੇ ਨੂੰ ਅੰਦਰ ਲੈ ਕੇ ਚੱਲਦੇ ਆਪਾਂ ਮੈਂ ਕੀ ਕਰੂੰਗੀ ਫਿਰ ਨਹੀਂ ਨਹੀਂ ਮਾਸੀ ਮੈਂ ਆ ਜਾ ਕੋਈ ਨਹੀਂ ਅਸੀਂ ਸੈਨ ਜੇ ਕਰਾਉਣੇ ਤੇ ਇੱਥੋਂ ਵੀ ਸੈਨ ਤਾਂ ਕਾਦੇ ਕਰਨੇ ਰਾਜੀ ਬੰਦੇ ਦੇ ਹਾਂ ਰਾਜੀ ਬੰਦੇ ਦੇ ਚੱਲ ਉਹ ਤਾਂ ਆ ਜਾ ਉਹ ਰਾਜੀ ਬੰਦੇ ਕਰਨਾ ਆਪਾਂ ਹੋ ਲੜਨਾ ਥੋੜੀ ਹੈ ਆ ਜਾ ਇੱਥੇ ਬੈਠ ਕੇ ਕਾਗਜ਼ ਤਿਆਰ ਕਰਕੇ ਰੱਖੇ ਪਏ ਆ ਚੱਲ ਆ ਜਾ ਆ ਜਾ ਬੈਠ ਕੇ ਰੱਖ ਆ ਜਾ ਰਾਜੀ ਵੀਰ ਹਾਂ ਲੈ ਚੱਲ ਬੇ ਆ ਪਏ ਕਾਗਜ਼ ਚੱਕ ਤੂੰ ਹੋ ਪਏ ਆ ਪਏ ਮਸ਼ੀਨ ਕੋਲੇ ਕਾਗਜ਼ ਚੱਕ ਲਾ ਉਹਦਾ ਬਾਦ ਆਈ ਐ ਨੂੰ ਆਈ ਇਹ ਬਾਦ ਉਹ ਬਾਦ ਆ ਬਰਾ ਰਾਜਵੀਰ ਕਸਰਾ ਕੱਢ ਲਾ ਬਾਦ ਅਰੇ ਬਾਦ ਇਹ ਤਕੜ ਤਕੜ ਸੀ ਤੂੰ ਲਾ ਲਾ ਬੁੜੀ ਨੇ ਢੋਲੀ ਚ ਲੱਪੜ ਲਾਵੇ ਮਾਰਦੀ ਬਾਦਾ ਮਾਰਦੀ ਬੁਝਾ ਲਿਆ ਵੇ ਰੱਖੋ ਐਦਾਂ ਹੋ ਬੇ ਖੜ ਜਾ ਤੈਨੂੰ ਛੱਡਦੇ ਆ ਕੋਈ ਨਹੀਂ ਚੱਲ ਲੋਟ ਕਰਦੇ ਕਰਦੇ ਮਾਨਤਾਂ ਜਿੰਨਾ ਤੇਰਾ ਕਰਦੀ ਸੀ ਅੱਜ ਕਦੇ ਮੈਨੂੰ ਮੈਂ ਤਾਂ ਕੋਈ ਨਹੀਂ ਲਾਉਂਦੀ ਤੇਰੀ ਮੂੰਹ ਮਾਨਤਾਂ ਕਰਦੀ ਐ ਹਰਪ੍ਰੀਤ ਕਹੀ ਸੀਗੀ ਕਿ ਕਰੀਏ ਕੋਈ ਫੈਸਲਾ ਪਤਾ ਨਹੀਂ ਕਿਵੇਂ ਬਣਿਆ ਹੋਊਗਾ ਕੰਮ ਰੌਲਾ ਜਿਹਾ ਕਹਿੰਦਾ ਪਈ ਜਾਂਦਾ ਕਾਹਦੀਆਂ ਬਾਜਾਂ ਆਉਂਦੀਆਂ ਨੇ ਇੱਧਰੋਂ ਬਾਜਾਂ ਆਈ ਜਾਂਦੀਆਂ ਲੈ ਕਿਤੇ ਬੁੜੀ ਤਾਂ ਨਹੀਂ ਆ ਗਈ ਕਿਤੇ ਗੱਲ ਕਰਤੀ ਦੀਦੀ ਬੁੜੀ ਦਾ
गोडा तोड़ता, मेरा गोडा तोड़ता ना रे, हाय हाय मेरा गोडा तोड़ता रे, मैं तो गोडा तोड़ता, तरापन हो जी किच्छे बच्चे का, तोड़ता गोडा राजवीर ने, तो तुसी एक ही करे, राजवीर ने तोड़ता, थोड़ा चंगा करे तो तुसी उन्हों, हाय मेरा गोडा तोड़ता, तीजे दिन कुड़ी नूक ते कोई बांध दिस, मैंने ऐसा बांध दिस भाई, बांध तो माफी मांग दिस, गल सुन मेरी पहले बुढ़ी ने मेरी गल सुन दे पहले नंबर ते अपनी कुड़ी दे मांगर दाती लेके पई उदो नहीं बोले फिर कसिया लेके पेगी फिर नहीं बोले फिर कुड़ी नु जहर पाती हुन ता बोलना पे एंड मैं तैनु कहया सी मैं आपे गल नु कर लूंगा तुसी मैनु डीकी नहीं गा सानू ता देख के गर्मी चढ़ गई बुढ़ी नु घबराहट हो गए मैनु ता ऐसी मसी तू कदी आउंदी ही नहीं सद्दी गई फोन कर कर सद्दी गई कहंदी आ जा आ जा मंदिर दस बेबे मेन लेके नहीं हरप्रीत ਇਹਦਾ ਦੂਜਾ ਗੋਡਾ ਵੀ ਲੋਟ ਕਰ ਮੈਂ ਤਾਂ ਕਹਿੰਦੀ ਆ ਇਹਨੂੰ ਆਪੇ ਹੀ ਲੈ ਕੇ ਚਲੇ ਲੈ ਜਾਊਂਗੀ ਲੈ ਜਾਊਂਗੀ ਲੈ ਜਾਊਂਗੀ ਲੈ ਜਾਊਂਗੀ ਲੈ ਜਾਊਂ ਆਹ ਲੈ ਜਾਊਂਗੀ ਚੱਲ ਫੇਰ ਅੰਦਰ ਚੱਲ ਅੰਦਰ ਚਾਹ ਪਾਣੀ ਪੀ ਲੈ ਚੱਲ ਚੱਲ ਅੰਦਰ ਚਾਹ ਪਾਣੀ ਪੀ ਗੋਡਾ ਤੋੜਤਾ ਮੇਰਾ ਤਾਂ ਅੰਦਰ ਕਿੱਥੇ ਚਲੂੰ ਤਾਂ ਬੰਦ ਜੇ ਨਾ ਕਰ ਬੇਬੇ ਲੱਤ ਸਿੱਧੀ ਕਰ ਲਾ ਗੋਡਾ ਤੋੜਤਾ ਮੇਰਾ ਸਿੱਧੇ ਨੂੰ ਤੁਰਿਆ ਨਹੀਂ ਜਾਂਦਾ ਲੱਤ ਦੇ ਕੋਈ ਮੁਰੇ ਨਹੀਂ ਆਉਂਦਾ ਕੰਨ ਕਿਉਂ ਜਾਣੇ ਦੂਜਾ ਵੀ ਤੋੜ ਦਿਆਂਗੇ ਨਹੀਂ ਹੋ ਜਾਸੀ ਤੋੜ ਦਿਆ ਨਹੀਂ ਨਹੀਂ ਤੋੜਤਾ ਨਹੀਂ ਮੇਰਾ ਗੋਡਾ ਤੋੜਤਾ ਕਰਦੀ ਹੈ ਲੱਛਣ ਹਾਰੀ ਜਿੰਨੇ ਢਾਂਗੇ ਨੂੰ ਹੁੰਦੇ ਇੰਨੇ ਚ ਤਾਂ ਸਾਰੀ ਦੁਨੀਆ ਚ ਕਿਸੇ ਨੂੰ ਨਹੀਂ ਆਉਂਦੇ ਨਹੀਂ ਗੋਡਾ ਤੋੜਤਾ ਦਾਬ ਚ ਨਾ ਆਈ ਇਹਨੂੰ ਸਿੱਧੀ ਕਰਕੇ ਰੱਖੀ ਡਾਂਗ ਚੱਕ ਲਿਆਉਂਦੀ ਕੋਈ ਨਹੀਂ ਹੁਣ ਪਵਾਉਂ ਤੈਨੂੰ ਰੋਟੀਆਂ ਚ ਦਾਲਾਂ ਚ ਦਵਾਂਗਾ ਨਹੀਂ ਤੋੜਨਾ ਤੂੰ ਬਿੱਜੀ ਆ ਤੋੜਤਾ ਇਹਦਾ ਗੋਡਾ ਚੜ ਜਾਏਗੀ ਕਿ ਚੜਾਵਾ ਤਾਂ ਹਾਂ गोडा तोड़ता ना ने मेरा गोडा तोड़ता देख ला नी गोडा तोड़ता मेरा ना ने करती ना बुढ़ी लोट भाई दा जे मेर करांदा ओ मासी हां मैं कह करी नहीं सीगा इने बहुत गल माड़ी कीती है चंगी गल नहीं करी इन्होंने बताउंदी ना है बताउंदा मैं मासी का तो रोटी बनाई बैठी रोटी पा के लेनी आ ना मैं तो कुछ नहीं खांदे मैं मोटा कोई मैं डॉक्टर को जाके नहीं कोई आहा दिखा दे ना मां ले के दिखा रोटी ते बेबे नु शक्कर दर के ले आदी मैं दादे पिंडी जाके बना ले रोटी पड़ी लिखी सी नहीं मैं तो आपे खा लूंगा दे पिंड जाके मैं कुड़ी के चक्कर दे झोला ख्याल ही है ना बस भाई सत श्रीकाल सत श्रीकाल बाय बाय पुठे हाथ ही मार दिया हजे भी करड़ी रही बुढ़ी तो दबी ना तुसी दा सिद्धी करती बुढ़ी दा जमा ए लोट नहीं सी होगी ए ना तेरा बाई करने देंदा सी आहो भाग जा चल कोई नहीं चंगा हर फिर मेरे तो दब होई ना बोले जा नी आ जा राजवीर अबे बैग ता फड़ ला आ जा चक्की आ तू बैग चल हुण सौखी रही है मन तन करा के आहो आ गया फोन चक ला की दा आ गया ओए आ जा हुण की बाए बाए करी जानी है जड़ी नहीं गल करनी सी ओ करती तू अच्छा हुण तैनू बड़ी तकलीफ होगी ओ तकलीफ मेरी गल सुनो हां ओ ता जही जी सीगी सीगी हां तू ता कहीं से किसे नु दसी ना किसे नु पता ना लग जे ਹੁਣ ਤੁਸੀਂ ਉਹਦੇ ਗੋਡੇ ਦੇ ਸੱਟ ਮਾਰੀ ਉਹ ਲੰਗੜੀ ਲੰਗੜੀ ਗਈ ਇਥੋਂ ਬੁੜੀ ਵਿਚਾਰੀ ਹੁਣ ਨਹੀਂ ਕਿਸੇ ਨੂੰ ਪਤਾ ਲੱਗੂ ਨਹੀਂ ਕਿਸੇ ਨੂੰ ਕੋਈ ਸੁਪਨਾ ਹੁੰਦਾ ਹੈ ਮੈਂ ਕਹਿ ਦੂੰ ਵੀ ਰਾਜਵੀਰ ਨੂੰ ਤਾਂ ਆਪ ਚੜਿਆ ਸੀ ਲੈਣ ਆਈ ਸੀ ਬੁੜੀ ਦੇ ਗੋਡੇ ਤੇ ਸੱਟ ਵੱਜੀ ਮਾੜਾ ਮੋਟਾ ਮੈਨੂੰ ਤਾਂ ਡੀਕ ਲੈਂਦੀਆਂ ਉਹੀ ਜੀ ਰਾਜਵੀਰ ਨਾਲ ਬੁੜੀਆਂ ਥੋੜੀਆਂ ਵੀ ਕਿਸੇ ਕੋਲੇ ਤੁਰੀ ਜਾਂਦੀ ਸਾਹ ਕੱਢ ਜੂ ਵੀ ਮੈਨੂੰ ਇਹਨਾਂ ਨੇ ਕੁੱਟਿਆ ਪਹਿਲਾਂ ਤਾਂ ਰਾਜਵੀਰ ਐਂ ਕਹਿੰਦੀ ਸੀ ਹਾਂ ਭੈਣ
ਅਖੇ ਮੈਨੂੰ ਔਖਾ ਹੋ ਜੂਗਾ ਸੱਟ ਵੱਜੀ ਤੇ ਹੁਣ ਆਪ ਹੀ ਰਲ ਮਿਲ ਕੇ ਤੁਸੀਂ ਨਾਲੇ ਫਿਰ ਮੈਂ ਕਿਹੜਾ ਬਾਰੀ ਕੁੱਟੀ ਐ ਮੈਂ ਤਾਂ ਰਾਜਵੀਰ ਤੂੰ ਕਟਵਾਈਏ ਕੋਲੇ ਖੜ ਕੇ ਉਹ ਕੁਝ ਬਦਲਾ ਕਰ ਲਿਆ ਸੀ ਤਾਂ ਬੁੜੀ ਤੂੰ ਕੀ ਬਦਲਾ ਲਿਆ ਇਹ ਲੈਣਾ ਪੈਂਦਾ ਹੈ ਜੇ ਅੱਜ ਨਾ ਬੁੜੀ ਨੂੰ ਲਾਉਂਦੀਆਂ ਨਾ ਚਾਰ ਉਹਦੇ ਤੇ ਬੁੜੀ ਫੇਰ ਚੰਬਲ ਜਾਂਦੀ ਜਾ ਕੇ ਤੂੰ ਤਾਂ ਇੱਥੇ ਉਹਦੇ ਚਾਰ ਲਾਤੀਆਂ ਹਾਂ ਉਹ ਜੇ ਜਾ ਕੇ ਮੇਰੀ ਭੈਣ ਨੂੰ ਤੰਗ ਕੀਤਾ ਫੇਰ ਤੂੰ ਤਾਂ ਆਰਾਮ ਨਾਲ ਬੈਠੀਆਂ ਘਰੇ ਹੁਣ ਨਹੀਂ ਤੰਗ ਕਰਦੀ ਮੈਂ ਤੈਨੂੰ ਦੱਸਾਂ ਹੁਣ ਤਾਂ ਬੁੜੀ ਨਾ ਬਿੱਲੀ ਬਣ ਜੂ ਨਾ ਮੇਰੀ ਗੱਲ ਸੁਣੋ ਉਹਦੇ ਸੱਟ ਮਾਰੀ ਐ ਉਹਦੇ ਕੋਲ ਸਬੂਤ ਹੈ ਉਹਨੇ ਦਾਵਾ ਕਰਤਾ ਫੇਰ ਕੀ ਕਰਾਂਗੇ ਕਾਦੇ ਨਾ ਕਰ ਦੂ ਦਾਵਾ ਜਿਹੜੀ ਵੀਡੀਓ ਪਈ ਐ ਮੈਂ ਆਪਦੇ ਫੋਨ 'ਚ ਸਿੱਟ ਲਈ ਰਾਜਵੀਰ ਤੋਂ ਹੈਗੀ ਤੇਰੇ ਕੋਲ ਹਾਂ ਵੀਡੀਓ ਪਈ ਐ ਮੇਰੇ ਕੋਲੇ ਇਹ ਗੱਲ ਠੀਕ ਐ ਮੈਨੂੰ ਤਾਂ ਇਸੇ ਗੱਲ ਦੀ ਡਰ ਹੈ ਤੂੰ ਦੀਦੀ ਵੀਡੀਓ ਪਈ ਐ ਬੁੜੀ ਦੀ ਬੁੜੀ ਕਰਕੇ ਦੇਖੇ ਮੇਰੇ ਤੇ ਕੀ ਕਰਦੀ ਐ ਬਸ ਇਹ ਗੱਲ ਠੀਕ ਐ ਮੈਂ ਹੈਗੀ ਐ ਤੂੰ ਕਿ ਡਰਦਾ ਐ ਉਹ ਡਰਦਾ ਤਾਂ ਮੈਂ ਆਇਆ ਦੋਨੇ ਭੈਣ ਭਰਾ ਡਰਦੇ ਹੋ ਰਾਜਵੀਰ ਤਾਂ ਪਤਾ ਨਹੀਂ ਅੱਜ ਕਿਵੇਂ ਦਿਲ ਕਰਕੇ ਕਰੜਾ ਮੇਰੇ ਨਾਲ ਲੱਗੀ ਮੈਂ ਉਹਨੂੰ ਆਖਿਆ ਜਾ ਕਰਕੇ ਮੈਂ ਤਾਂ ਆਪ ਭੈਣ ਤੇ ਹੈਰਾਨ ਆ ਮੈਂ ਕਿਹਾ ਇੰਨੀ ਨਰਮ ਮੇਰੀ ਭੈਣ ਗੁੱਸਾ ਆ ਜਾਂਦਾ ਹੈ ਕਿਵੇਂ ਗੱਲ ਕਰਦੀ ਬੰਦਾ ਉਹੀ ਗੱਲ ਮਿੱਟੀ ਦਾ ਨਹੀਂ ਬਣਿਆ ਹੁੰਦਾ ਗੁੱਸਾ ਹਰੇਕ ਬੰਦੇ ਨੂੰ ਆਉਂਦਾ ਹੁੰਦਾ ਮੈਂ ਤੈਨੂੰ ਦੱਸਾਂ ਉਹਦੀ ਜਾਨ ਤੇ ਖੇਡਦੀ ਸੀ ਬੁੜੀ ਉਹਨੂੰ ਮਾਰਨਾ ਚਾਹੁੰਦੀ ਸੀ ਉਹਨੂੰ ਆ ਗਿਆ ਗੁੱਸਾ ਦੇਖ ਕੇ ਤੂੰ ਹੀ ਮਾੜੀ ਉਹਨੂੰ ਅੱਲਾ ਸੇਰੀ ਦੀ ਤੂੰ ਤਾਂ ਭੈਣ ਕਾਨੂੰ ਕਰ ਜੇ ਤੂੰ ਕਰੇ ਹੁੰਦਾ ਤਾਂ ਸਾਨੂੰ ਹੱਥ ਨਹੀਂ ਸੀ ਲਾਉਣ ਦਿੰਦਾ ਤੂੰ ਹੀ ਨਹੀਂ ਸਾਨੂੰ ਮੌਕਾ ਮਿਲ ਗਿਆ ਉਹ ਫਿਰ ਨਰਵਾਈ ਨਾ ਤਾਂ ਬੰਦਾ ਨਰਵਾਈ ਵਰਤ ਲੈਂਦਾ ਨਹੀਂ ਨਰਵਾਈ ਕਿੰਨਾ ਚਿਰ ਵਰਤ ਕੇ ਨਾਲੇ ਜਿਹੇ ਜੀ ਬੰਦਾ ਕਰੇ ਨਾ ਉਹ ਜੀ ਤਾਂ ਬੰਦੇ ਨੂੰ ਭਾਜੀ ਮੋੜਨੀ ਪੈਂਦੀ ਹੈ ਉਹ ਮੈਂ ਤੇਰੀ ਗੱਲ ਤਾਂ ਸਮਝਦਾ ਫੇਰ ਭਾਜੀ ਤਾਂ ਮੈਂ ਵੀ ਮੋੜ ਕੇ ਜਾਣਦਾ ਸੀਗਾ ਅੱਜ ਤੱਕ ਆਪਾਂ ਹੱਥ ਚੱਕਿਆ ਬੁੜੀ ਤੇ ਬੁੜੀ ਨੇ ਕਿੰਨੇ ਵਾਰ ਕੀਤੇ ਉਹ ਬੁੜੀ ਮੈਨੂੰ ਕੀ ਕਹੂਗੀ ਵੀ ਤੂੰ ਤਾਂ ਭਾਈ ਐਂ ਕਹਿੰਦਾ ਸੀ ਫੋਨ ਤੇ ਵੀ ਆ ਜੀ ਮੈਂ ਤੇਰੀ ਸੇਵਾ ਕਰਾਂਗੇ ਆਈ ਸੇਵਾ ਕਰਨੀ ਸੀ ਉਹਦੀ ਵਿਚਾਰੀ ਫਿਰ ਮੈਂ ਵੀ ਕਹੀ ਸੀ ਉਹਨੂੰ ਮੈਂ ਕਹਿ ਦੂੰ ਵੀ ਮੈਂ ਹੀ ਸੱਦਿਆ ਸੀ ਤੈਨੂੰ ਉਹ ਚੱਲ ਇੰਨਾ ਨਾ ਮੈਂ ਤੈਨੂੰ ਦੱਸ ਡਰਿਆ ਕਰ ਜਿੰਨਾ ਤੂੰ ਡਰਦਾ ਕੀਤੀ ਹੈ ਨਾ ਮਾੜੀ ਹਾਂ ਪਰ ਹੁਣ ਦੇਖੀ ਜਾਉ ਜਿਵੇਂ ਬਣੂ ਫਿਰ ਹਾਂ ਅਸੀਂ ਤਾਂ ਕੀਤੀ ਹੈ ਮਾੜੀ ਤੇ ਬੁੜੀ ਨੇ ਕੀਤੀ ਸੀ ਗੱਲ ਮੈਂ ਕਹਿੰਦਾ ਵੀ ਚੰਗੀ ਕੀਤੀ ਹੈ ਉਹਨੇ ਮੈਂ ਚੰਗੀ ਉਹਨੂੰ ਨਹੀਂ ਕਹਿੰਦਾ ਉਹ ਬੰਦਾ ਆਪਦੇ ਨੂੰ ਕਹਿ ਸਕਦਾ ਹੁੰਦਾ ਬਗਾਨ ਨਾ ਤਾਂ ਅਸੀਂ ਬੁੜੀ ਮਾਰੀ ਹੈ ਨਾ ਕੋਈ ਬੁੜੀ ਦੀ ਜਾਨ ਨੂੰ ਖਤਰਾ ਸੀਗਾ ਅਸੀਂ ਤਾਂ ਸਿਰਫ ਉਹਨੂੰ ਡਰਾਇਆ ਡਰਾਇਆ ਕੋਈ ਨਹੀਂ ਸੱਟ ਨਹੀਂ ਮਾਰੀ ਮੈਂ ਕਹੀ ਨੇ ਡਰਾਇਆ ਡਰਾਇਆ ਜੇ ਮੈਂ ਕਿਤੇ ਨਾ ਉਹਨੂੰ ਮਾਰ ਦਿੰਦੀਆਂ ਮਾਰਦੀਆਂ ਨਹੀਂ ਸੀ ਥੋੜੇ ਜਿਹਾ ਧਾਂਦੜੇ ਕਰਦੀ ਗੋਡਾ ਤਾਂ ਉਹ ਹੀ ਜ਼ਿਆਦਾ ਲੰਗੜੀ ਹੋ ਗਈ ਇੰਨਾ ਨਹੀਂ ਵੱਜਿਆ ਤੇ ਧਾਂਦੜੇ ਕਰਦੇ ਤੁਸੀਂ ਦੋ ਜਾਣੀਆਂ ਸੀਗੀਆਂ ਉਹ ਕੱਲੀ ਸੀ ਹਜੇ ਤੋਂ ਧਾਂਦੜੇ ਕਰੀ ਬੈਠ ਪਿਆ ਸੀ ਉੱਥੇ ਰਾਜਵੀਰ ਤੋਂ ਬੈਠ ਜਾ ਵੱਜਿਆ ਗੋਡੇ ਤੇ ਬੈਠ ਵੱਜਿਆ ਹਜੇ ਬੈਠ ਕੋਈ ਛੋਟੀ ਮੋਟੀ ਚੀਜ਼ ਹੈ ਫੇਰ ਕੀ ਹੋ ਗਿਆ ਤੁਸੀਂ ਉਹ ਗੋਡਾ ਸਮਾਨਾ ਤੋੜਿਆ ਮੈਨੂੰ ਇਹ ਦੱਸ ਉਹੀ ਲੈ ਕੇ ਆਈ ਸੀ ਉਹਦੇ ਸਾਮੂ ਕੋਣ ਉਹਨੂੰ ਹੁਣ ਕੋਈ ਨਹੀਂ ਮੇਰੀ ਭੈਣੀ ਸਾਮੂ ਨੂੰ ਉਹਨੂੰ ਫੇਰ ਮੇਰੀ ਭੈਣ ਨੂੰ ਹੋਇਆ ਹੋ ਗਿਆ ਕੋਈ ਨਹੀਂ ਭੈਣ ਸਾਮਦੂਗੀ ਮੰਜੇ ਤੇ ਬੈਠੀ ਨੂੰ ਤਪਾਉਣੋਂ ਤਾਂ ਹਟ ਜੂਗੀ ਤਪਾਉਣੋਂ ਤਾਂ ਹਟ ਜੂਗੀ ਤੂੰ ਜਿਆਦੀ ਸ਼ੈਡ ਜੀ ਲੈਣਾ ਮੈਂ ਤਾਂ ਇਹਦੇ ਨਹੀਂ ਸ਼ੈਡ ਤਾਂ ਮੈਂ ਤਾਂ ਲੈਣਾ ਮੈਨੂੰ ਐ ਵੀ ਜੇ ਤੂੰ ਵਿੱਚ ਹੁੰਦਾ ਵਿੱਚ ਆਉਂਦਾ ਨਾ ਬੁੜੀ ਦੇ ਅਸੀਂ ਵਿੱਚ ਤੇਰੇ ਵੀ ਲਾਉਂਦੀਆਂ ਦੋ ਆਹੋ ਮੇਰੇ ਵੀ ਲਾਉਂਦੀਆਂ ਉਹ ਮੈਂ ਛਡਾਉਂਦਾ ਉਹਨੂੰ ਮੈਂ ਗੱਲ ਨੂੰ ਬਦਲ ਨਹੀਂ ਦਿੰਦਾ ਸੀਗਾ ਇੰਨਾ ਜੇ ਮੈਂ ਘਰੇ ਹੁੰਦਾ ਮੈਨੂੰ ਤਾਂ ਐ ਸੀ ਮੈਂ ਬੁੜੀ ਆਉਂਦੀ ਹੀ ਨਹੀਂ ਹੈਗੀ ਤੈਂ ਗੱਲ ਉਹੀ ਗੱਲ ਕਟਾ ਕਟਾ ਕੇ ਬੁੜੀ ਸਿਰ ਚੜਾ ਲਈ ਕਿੰਨਾ ਕੁ ਚਿਰ ਕਟਾਈ ਜਾਏਗਾ ਗੱਲ ਕਦੇ ਤਾਂ ਵਧੂਗੀ ਫਿਰ ਹੁਣ ਆਪੀ ਪਤਾ ਲੱਗ ਜੂ ਜਦੋਂ ਗੱਲਾਂ ਤੇਰੇ ਮੂਰੇ ਆਈਆਂ ਕੋਈ ਨਹੀਂ ਦੇਖ ਲਾਂਗੇ ਜਿਹੜਾ ਕੁਝ ਹੋਊਗਾ ਜਦੋਂ ਬੁੜੀ ਜ਼ਹਿਰ ਪਾਉਂਦੀ ਨਹੀਂ ਡਰੀ ਅਸੀਂ ਦੋ ਨਾਲੇ ਮੈਂ ਤਾਂ ਕੁੱਟੀ ਵੀ ਨਹੀਂ ਮੈਂ ਤਾਂ ਉਹਦੀ ਨੂੰ ਤਾਂ ਕਟਵਾਈਏ ਕੋਲੇ ਖੜ ਕੇ ਐਡੀ ਕਿੱਡੀ ਕੁ ਗੱਲ ਹੈ ਜੇ ਲਾਤੀਆਂ ਦੋ ਨਹੀਂ ਚੰਬਲੀ ਦੇ ਲਾਈਆਂ ਫਿਰ ਅਸੀਂ ਕਿਉਂ ਲਾਈਆਂ ਲੈ ਬੁੜੀ ਪਤਾ ਨਹੀਂ ਕਿੱਧਰ ਗਈ ਇੱਥੇ ਬੈਠੀ ਬੈਠੀ ਸੱਟ ਤਾਂ ਚੱਲ ਜਿਹੜੀ ਵੱਜਣੀ ਸੀ ਸਾਥੋਂ ਵੱਜ ਗਈ ਵੀ ਚੱਲ ਹੁਣ ਤੂੰ ਦਵਾਈ ਤਾਂ ਲੈ ਲਾ ਛੇਤੀ ਠੀਕ ਹੋ ਜਾਏਗੀ ਆ ਆਉਂਦੀ ਆ ਲੈ ਪਿਆਵਾਂ ਇਹਨੂੰ ਫਰਕ ਨਹੀਂ ਹੈਗਾ ਬੇਬੇ ਹਜੇ ਫਰਕ ਕਿੱਥੋਂ ਆ ਮੈਂ ਤਾਂ ਡਾਕਟਰ ਤੁਰੀ ਤਾਂ ਫਿਰਦੀਆਂ ਫਰਕ ਕਿੱਥੋਂ ਪਵੇ ਮੰਜੇ ਤੇ ਪੈ ਜਾ ਦੋ ਦਿਨ ਆਰਾਮ ਕਰ ਲਾ ਪੈਰ 'ਚ ਭੌਰੀ ਆ ਤੇਰੇ ਤਾਂ ਡਾਕਟਰ ਨੇ ਕਿਹਾ ਹੈਗਾ ਹਾਂ ਕਹਿੰਦਾ ਤਾਂ ਹੱਡੀ ਟੁੱਟ ਗਈ ਖੜ ਜਾ ਹੁਣ ਕਿਤੇ ਜੇ ਖੜੇਂਗੀ ਤਾਂ ਬੈਨੀ ਆ ਇੱਥੇ ਮੈਂ ਤੇਰੇ ਮਗਰ ਮਗਰ ਕਾੜਾ ਲਈ ਫਿਰਦੀਆਂ ਲਾ ਹਲਦੀ ਵਾਲਾ ਕਾੜਾ ਪੀ ਲਾ ਨਾ ਮੈਂ ਤਾਂ ਪੀਂਦੀ ਨਹੀਂ ਹੜਦੀ ਆ ਕਾੜਾ ਤਾਂ ਉਹ ਸੱਟ ਵੱਜੀ ਨੂੰ ਠੀਕ ਕਰਦਾ ਹੁੰਦਾ ਟੁੱਟੇ ਨੂੰ ਨਹੀਂ ਠੀਕ ਕਰਦਾ ਕੋਈ ਤਾਂ ਤੈਨੂੰ ਫਰਕ ਪਊ ਮਾੜਾ ਮੋਟਾ ਲਾ ਪੀ ਲਾ ਫੜ ਨਾ ਮੈਂ ਪੀਂਦੀ ਨਹੀਂ ਇਹ ਫਰਕ ਨਹੀਂ ਕਰਦਾ ਇਹਦਾ ਗੱਲ ਸੁਣ ਮੇਰੀ ਇਹਦਾ ਹੱਡ ਟੁੱਟ ਗਿਆ ਇਹਦਾ ਤਾਂ ਆਪਰੇਸ਼ਨ ਹੋ ਗਿਆ ਤੇਰਾ ਤਾਂ ਹੱਡ ਟੁੱਟ ਗਿਆ ਉਹ ਰੱਬ ਤੋਂ ਡਰ ਕੇ ਫੜਾਉਣੀ ਆ ਮੈਂ ਤੈਨੂੰ ਤੇਰੇ ਵਾਂਗੂ ਜ਼ਹਿਰ ਨਹੀਂ ਪਾ ਕੇ ਲਈ ਵਿੱਚ ਮੈਂ ਤੇਰੇ ਭਰਾ ਨੂੰ ਫੋਨ ਲਾ ਕੇ ਦੇ ਬੜਾ ਕਹਿਣਾ ਤਾਂ ਜੱਬ ਹੋ ਗਿਆ ਕੀ ਕਹਿਣਾ ਮੇਰੇ ਭਰਾ ਨੂੰ ਹੁਣ ਮੈਂ ਆਪੇ ਕੁਝ ਕਹਾਂ ਕੁਝ ਨਾ ਕਹਾਂ ਤੂੰ ਫੋਨ ਲਾ ਦੇ ਗੱਲ ਤਾਂ ਦੱਸ ਦੇ ਬੇਬੇ ਗੱਲ ਕੀ ਕਰਨੀ ਆ ਉਹਨੂੰ ਕਹੋ ਵੀ ਹੁਣ 4 ਲੱਖ ਰੁਪਇਆ ਦੇ ਨਹੀਂ ਮੈਂ ਦਾਵਾ ਕਰਦੀ ਆ ਮੈਂ ਤਾਂ ਗੋਡਾ ਟੁੱਟ ਗਿਆ ਅੱਛਾ ਪੈਸੇ ਚਾਹੀਦੇ ਆ ਤੈਨੂੰ ਦੁਬਾਰੇ ਫੇਰ ਹੁਣ ਫੇਰ ਹੀ ਪ੍ਰੇਸ਼ਨ ਹੋਊਗਾ ਪੈਸਿਆਂ ਨਾਲ ਅੱਛਾ ਤੂੰ ਦਾਵਾ ਕਰੇਂਗੀ ਹਾਂ ਤੂੰ ਚੁੱਪ ਕਰਕੇ ਦਵਾਈ ਪੀਣੀ ਆ ਪੀਰਾ ਨਹੀਂ ਬੇਬੇ ਮੈਥੋਂ ਭਰਾ ਕੋਈ ਨਹੀਂ ਤੂੰ ਫੋਨ ਲਾ ਦੇ ਤੇਰੇ ਭਰਾ ਨੂੰ ਲਾ ਦੰਨੀ ਆ ਫੋਨ ਤੈਨੂੰ ਕਰ ਲੈ ਗੱਲ ਮੇਰੇ ਭਰਾ ਨਾਲ ਮੇਰਾ ਭਰਾ ਤਾਂ ਕਿਤੇ ਤੇਰੇ ਨਵੇਂ ਗੋਡੇ ਨਾ ਪਵਾ ਜੇ ਆ ਕੇ ਦੁਬਾਰੇ ਇੱਕ ਮਿੰਟ ਖੜ ਜਾ ਲੱਗ ਜਾਣ ਦੇ ਨੰਬਰ ਇੰਨਾ ਪਤਾ ਨਹੀਂ ਤੇਰਾ ਕਿੰਨਾ ਕੁ ਗੋਡਾ ਦੁਖਦਾ ਹੈਗਾ ਲੈ ਫੜ ਕਰ ਲੈ ਗੱਲ ਉਹ ਤਾਂ ਹਟੇ ਨਹੀਂ ਕੁੱਟਣੋਂ
गोडा तोड़ता इको जी गल होगी तुसी गोडा तोड़ता मैं जहर पाती बराबर बराबर हो गए बराबर हो गए बराबर हो गए साहब। अच्छा फिर दावा तो नहीं करती? चल दावा मैं की करूं पैसे दे दे मैंने गोडा पवाई दे। तेरी तो वो गल होगी मासी जे मैं कह रही हूं तेरी पूछ सीधी नहीं हुई 12 साल मंजली च रखी पैसे मंगणा ना बेटी कोई नहीं दे रहे करा लेंगे तेरे गोडे दा इलाज। क्यों ना तो पता ही सी फिर जैसे कुछ तोड़ांगे तो इलाज तो सानू ही कराना पो इना तो सानू पता ही सी। कोई नहीं ला देंगे बस साडी कुड़ी नु ना कुछ कही गोडे दा इलाज असि आपे करा देंगे कोई नहीं। आओ मानी सी डॉक्टर इथे लेके आवांगे डॉक्टर नु दिखावांगे किन्ना कनुक्ष है। आहो दिखा दे अक्सरे पे आगे देख रही अक्सरे दिखा दी डॉक्टर ने मानसा ले जांगे नी लोड पई ता। कोई नी मानसा पवा दी किते पवा दी मेरे ता गोडा पवा दे। ल बस बेबे कट फोन मैं तेरीयां गल्लां ता घबराहट चढ़ी जांदी है। ल फाड़ ना हुण तू पैसे मांगदी है सीधा सीधा दस दे भी तू पैसे मांगदा फाड़ सीधा हो गया नहीं आपे देखी जांदी। हाय नी मैं मर जा सट्टा पेटा मरवा के भी हजे साहब सीधे रख दी है देख ला ले। नी तू की मांगदी है मैथों? मैं तो कुछ नहीं मांग दिया फाड़ ला जे पीना तो पीना नहीं ना पी नहीं पींदी ता हारी होली में तो पींदी नहीं की मैनू कदा गुस्से च तेरे लत्ता ना बड़मौणियां पै जान डॉक्टर तो बढ़ा दे परे चंगा खौड़ी ते तरपया करूंगी देख ले जमाए मरण वाली हो रही गल कर तेरे जो बैबता नहीं जांदियां मर जा बाप ता मैं की कहा तेनू तू ता मेरे तो इल्जाम लाते भी मैं जहर पाता जहर पाता तो दोबारे फिर पैसे मांगदी है तू जहर पाता जहर पाता ओही गल दा गुलगुला बना लिया शर्म तो है नी तेन भोरा पाउंदी फिर कद कुछ पा दनी तू तो अड पका लिया कर मैं अड पका लिया करू अड पका के खान जोगरी भी नहीं हैगी तेन करतूत भी नहीं खावा कि ना खावा तेन की आहो मर्दी फिर मैनू की है हाँ। मैं तो अज पता नहीं किवें बनाता सी ओही गल हुण कुछ मर्जी होवे मैं तो तैनू गोली भी नहीं दिंदी ना मैं नहीं खांदी नहीं तेथे लेके मैनू बोल ना मरी रोटी खावा ना तू मैनू बोल ना मरी भी मेरा गोडा दुखदा नहीं मारदी फिरदी रे भौंकदी चपड़ी फिरदी भरजाई दे सूक ते कोई नहीं देखूंगी तैनू भरजाई दी सूक होई पई है भरजाई ने ना पूरा ऐ भरता पंप ऐ किन्ना क चिर रहेगा तेरा पंप भरिया जे तू मेरे मारिया ना तेरे बदला तो ले ही लूंगी राजवीर अज मैं तो फोन भी करे भुल गया फोन भी नहीं लेके गया ला बैठी हरप्रीत ला फोन मैं इत ही भुल गया जहां मैं तो सारा दिन तंग हुई गया मेरे फोन भी आए होंगे आया सी किसी दा चंगा हो गया नहीं लेके गया बचत रहेगी जे कितने तेरे को फोन आता तू पता नहीं की बोलदा की बचत रहेगी बुढ़ी ने फोन लाया सी लाया तो तेरे को गुरलाल ना गल करनी कहनी मेरी गुरलाल ना गल करा मेरे ना गल करनी सी हाँ। तू ओनू की कहा बेचारी मैं ओनू कहता मैं खेत गया होया मैं सी मैनू दस दे कई दी की सी मैनू ऐ ता दस दे ले कोई गल बड़ी तो नहीं हैगी पता तो हैगा तेनू जेड़ियां चालां हो चलदी हुंदी बुढ़ी ओही चलदी है जाके ओने ढंग जारा च लिया मजकरी कहंदी है कि ना मेरा ता के गोडा टुट गया ते मैं थोड़े ते दावा गोडा टुट की ढंग की रह चले गोडा तुसी तोड़े है जा गोडा टुटे सच मुच कहंदी मैं ता थोड़े ते दावा करूंगी कहंदी दावा करोगी हां कराती ओही गल जेड़ियां तेनू मैं सारीयां गल्लां कहंदी सी ओही गल्लां होणगीयां गल सुनता लै पूरी फिर केड़ा दावा करता बुढ़ी ने जो कहंदी है फिर कर भी आऊगी ले बुढ़ी मैं ओदी फसाली जाल के कुछ उल्ट सुल्ट बोली किते जिन्ना ओ मेरे कोले जिन्ने बुढ़ी दापे चलदी है ना उन्हां ने सारे ने मेरे कोले तोड़ हैगे ना डरया ना कर मैं तन्नू दसा जदों बुढ़ी कहंदी मैं थोड़े ते दावा करूंगी मैं बुढ़ी ने आख्या कर तू दावा करन चल अच्छा चल दावा कर देख सियाणी देख ऐ कहना सी भी दावा ना कर ਸੁਣਿਆ ਨਾ ਕਰ ਮੇਰੀ ਗੱਲ ਆਪ ਦੀ ਮੋੜ ਦੇ ਦੇ ਨਾ ਗੱਲ ਕੀ ਨਾ ਤੂੰ ਹੀ ਮੋੜ ਦੇ ਦੇ ਫਿਰ ਮੈਂ ਕੱਲ ਸੁਣਾਉਣੀ ਹੈ ਦਾਵਾ ਤੂੰ ਕਰਾ ਕੇ ਹਟੇਗੀ ਮੈਨੂੰ ਪਤਾ ਹੀ ਹੈ ਦੱਸ ਗਾਂ ਗੱਲ ਕਿਵੇਂ ਬਣੀ ਕੱਲ ਕਿਵੇਂ ਬਣਨੀ ਸੀ ਮੈਂ ਕਿਹਾ ਤੂੰ ਥਾਣੇ ਚੱਲ ਤੇ ਮੈਂ ਤੇਰੇ ਪਿੱਛੇ ਆਈ ਫੋਨ ਲੈ ਕੇ ਤੇ ਜਿਹੜੀ ਤੇਰੀ ਵੀਡੀਓ ਪਈ ਹੈ ਸਾਡੀ ਕੁੜੀ ਨੂੰ ਜ਼ਹਿਰ ਪਾਉਂਦੀ ਦੀ
ਮੈਂ ਉਹ ਕਰ ਦੂੰਗੀ ਅੱਛਾ ਇਹ ਗੱਲ ਵਧੀਆ ਕਰੀ ਅੱਛਾ ਅੱਛਾ ਪਤਾ ਲੱਗ ਗਿਆ ਉਹ ਬਿਨਾਂ ਗੱਲ ਤੋੜਿਆ ਹੀ ਇਹਨਾਂ ਗੱਲ ਨੂੰ ਫੇਰ ਨਹੀਂ ਬੋਲੀ ਬੁੜੀ ਤੇ ਫੇਰ ਕੀ ਬੋਲਣਾ ਸੀ ਬੁੜੀ ਤਾਂ ਜਰਕਦੇ ਨੇ ਮੋਮ ਮੁੰਗ ਟਲ ਗਈ ਬੁੜੀ ਤਾਂ ਇਹ ਨਹੀਂ ਮੰਨ ਗਈ ਕਹਿੰਦੀ ਲੈ ਤੁਸੀਂ ਮੇਰਾ ਗੋਡਾ ਤੋੜਤਾ ਮੈਂ ਤੁਹਾਡੀ ਕੁੜੀ ਨੂੰ ਜ਼ਹਿਰ ਪਾਈ ਸੀ ਕਹਿੰਦੀ ਸਾਹ ਬਰਾਬਰ ਕਹਿੰਦੀ ਨਾ ਮੈਂ ਤੁਹਾਡੇ ਤੇ ਦਾਵਾ ਕਰਾਂ ਨਾ ਤੁਸੀਂ ਮੈਨੂੰ ਕੁਝ ਕਹੋ ਮੈਨੂੰ ਤਾਂ ਲੱਗਦਾ ਤੂੰ ਬੁੜੀ ਨਾਲ ਵੀ ਜ਼ਿਆਦੇ ਸ਼ਹਿਰ ਹੈ ਲੈ ਬੁੜੀ ਨੂੰ ਤੂੰ ਲੁੱਟ ਕਰ ਲੈਣੀ ਉਹ ਬੁੜੀ ਨੇ ਸ਼ਹਿਰ ਕਰਤੇ ਹੈਗੇ ਤਾਂ ਹੀ ਨਹੀਂ ਸੀ ਹੈਗੇ ਤਾਂ ਸਿੱਧੇ ਸਾਦੀ ਮੈਂ ਤੈਨੂੰ ਦੱਸਾਂ ਗੱਲ ਕਰਉਂ ਨਹੀਂ ਸ਼ਹਿਰ ਕਰਤੇ ਜਿਹੋ ਜਿਹਾ ਬੰਦਾ ਮੂਰੇ ਹੁੰਦਾ ਨਾ ਉਹ ਜਿਹਾ ਬੰਦਾ ਹੋ ਜਾਂਦਾ ਫਿਰ ਹੁਣ ਮੈਨੂੰ ਸਭ ਪਤਾ ਸੀ ਕਿ ਕਿਹੜੀ ਗੱਲ ਤਾਂ ਟਲ ਗਈ ਹੁਣ ਟਲ ਗਈ ਹੁਣ ਹੁਣ ਦਾਵਾ ਕਿੱਥੋਂ ਕਰੂਗੀ ਹੋਰ ਤਾਂ ਨਹੀਂ ਕੁਝ ਬੋਲੀ ਹੁਣ ਤਾਂ ਰਾਜਵੀਰ ਨੂੰ ਫੋਨ ਲਾ ਕੇ ਪੁੱਛਾਂਗੇ ਵੀ ਹੁਣ ਕਰਦੀ ਕੀ ਚਾਲ ਚੱਲਦੀ ਹੈ ਗਾਹਾਂ ਕਰਦੀ ਕੀ ਹੈ ਉਹ ਚਲੋ ਹੁਣ ਤਾਂ ਫਿਰ ਕੀ ਕਰਾਂ ਤੂੰ ਆ ਵੀਡੀਓ ਵਾਲੀ ਗੱਲ ਵਧੀਆ ਕਰੀ ਆਹੋ ਮੈਨੂੰ ਤਾਂ ਲੈ ਆ ਮਹਿਲ ਪੰਗਾ ਫੇਰ ਪੈ ਗਿਆ ਮੈਂ ਹੁਣ ਦਾਵਾ ਨਾ ਕਰਦੀ ਨਹੀਂ ਪੈਂਦਾ ਪੰਗਾ ਕੋਈ ਨਹੀਂ ਪੰਗਾ ਪੈਂਦਾ ਨਹੀਂ ਜੇ ਤੇਰੇ ਕੋਲੇ ਫੋਨ ਆਵੇ ਨਾ ਮੈਂ ਤੈਨੂੰ ਦੱਸਾਂ ਅਸਲ ਤਾਂ ਤੂੰ ਗੱਲ ਹੀ ਘੱਟ ਕਰੀ ਉਹਦੇ ਨਾਲ ਜੇ ਗੱਲ ਕਰਨੀ ਵੀ ਹੋਈ ਤੇ ਤੂੰ ਜੇ ਹਿਸਾਬ ਨਾ ਕਰੀ ਤੂੰ ਕਹਿੰਦੀ ਵੀ ਹਰਪ੍ਰੀਤ ਨੂੰ ਬਤਾਵਾਂ ਸੀ ਸਾਰੀ ਗੱਲ ਦਾ ਮੈਨੂੰ ਤਾਂ ਪਤਾ ਹੀ ਨਹੀਂ मैं भी सुना दूंगा कि गल है मैं की गल जे तू सुना वाला हूं फिर गल जे असी ना लोट कर दें ना बुढ़ी बुढ़ी सारी उम्र नहीं सी लोट आउंदी कुड़ी दा घर बसदी नहीं सी लोट लोट कही ने मैनू तां सी गल गलती करती सी तुसी तूं तां मैनू ऐ कहंदा सी ना वी मैं आदी भैण दा घर बसाउणा चाहुंदा अजाड़ना नहीं चाहुंदा मैं भी आदी नानी दा घर बसिया होई देखणा चाहुंदी आ अजाड़ना मैं भी नहीं चाहुंदी चल चंगा है जे बेचारी बसदी मैं कहंदी भवां गरीब है भवां अमीर है जदों केरां कुड़ी बग जे सवेर पता तो लग ही जाना लोकां नूं नाले फिर अपना की कर दूगी अपने हाथ च ओही गल मुठी च है बुढ़ी बीड़ू है बुढ़ी दी जहर पाउंदी दी माणा जिहा बोलण लग्गिया करू ना ओही कह रिहा करू भी जाने थाने लैके तेरी बीड़ू देख ला फिर ਕਿਵੇਂ ਕਰਨਾ ਹੈਗਾ ਨਾ ਦੀ ਨਾ ਸਿੱਧੀ ਹੋ ਜਾ ਕਰੋ ਤਾਂ ਐਵੇਂ ਡਰੀ ਜਾਂਦਾ ਭੈਣ ਭਰਾ ਦੋਨੇ ਡਰਦੇ ਸੀ ਉਹ ਜੀ ਕੁੜੀ ਕਰ ਰੱਖੀ ਸੀ ਆਪਦੇ ਮਗਰ ਲਾ ਕੇ ਉਹਨੂੰ ਡਰਾ ਰੱਖਿਆ ਸੀ ਹੁਣ ਮਾੜੀ ਜੀ ਮੈਂ ਦਲੇਰ ਬਣਾਈ ਹੈ ਹੁਣ ਬਣ ਦਲੇਰ ਕਿਹਾ ਰਾਜਵੀਰ ਨੂੰ ਵੀ ਜਮਾਂ ਨਾ ਦਵੀ ਬੁੜੀ ਤੋਂ ਕੋਈ ਨਹੀਂ ਰਾਜਵੀਰ ਨਾਲ ਮੈਂ ਹੀ ਗੱਲ ਕਰੂੰਗੀ ਇਹਨੇ ਗੱਲ ਕਰੀ ਇਹ ਫੇਰ ਕਹਿ ਦੂੰਗਾ ਨਾ ਭਾਈ ਤੇਰੀ ਸੱਸ ਹੈ ਕਹੀਂ ਨਾ ਕੁਛ ਹੁਣ ਤਾਂ ਮੈਂ ਕਰਾਉਂ ਲੋਟ ਬੁੜੀ ਨੂੰ ਤਾਂ ਰੋਟੀ ਹੁੰਦਾ ਟਾਈਮ ਹੋ ਗਿਆ ਹੁੰਦਾ ਚੁੱਲ੍ਹਾ ਬਣਾ ਲਾ ਆਪਦਾ ਆਪਦਾ ਬਣਾਉਂਗੀ ਚੁੱਲ੍ਹਾ ਉਹਦੇ ਦੇਖ ਲਾ ਖਾਂਦੀ ਅੱਡਕੀ ਚੁੱਲ੍ਹਾ ਬਣਾਉਂਦੀ ਆ ਬੇਬੇ ਤੂੰ ਕੀ ਕਰਦੀ ਆ ਤੇਰਾ ਗੋਡਾ ਤਾਂ ਤੇਰਾ ਦੁਖਦਾ ਕਿ ਜਾਣ ਕੇ ਕਰਦੀ ਆ ਨਹੀਂ ਦੁਖਦਾ ਹੈਗਾ ਜਾਣ ਕੇ ਕਰਦੀ ਆ ਤੇਰੇ ਆਖੇ ਤੋਂ ਕਿੱਥੇ ਬਣਾਉਂਦੀ ਆ ਚੁੱਲ੍ਹਾ ਇੱਥੇ ਬਣਾਉਂਦੀ ਆ ਆਪਦੇ ਛੱਤੜੇ ਚ ਤੂੰ ਮੇਰੀ ਗੱਲ ਸੁਣ ਲੈ ਬੈਠਾ ਹੀ ਆ ਨਾ ਕਰਿਆ ਕਰ ਚੁੱਪ ਕਰਕੇ ਰੋਟੀ ਬਣੀ ਪਈ ਆ ਤੇ ਖਾ ਲੈ ਦੇ ਮੈਂ ਤਾਂ ਆਪਦਾ ਚੁੱਲ੍ਹਾ ਅੱਡ ਬਣਾ ਕੇ ਇੱਥੇ ਰਿਹਾ ਕਰੂੰ ਨਾ ਮੈਂ ਤੇਰੇ ਭਰਾ ਦੇ ਪੈਸਿਆਂ ਵਾਲੇ ਘਰੇ ਜਾਵਾਂ ਨਾ ਹੁਣ ਤੇਰਾ ਗੋਡਾ ਦੁਖਦਾ ਨਹੀਂ ਮੇਰਾ ਗੋਡਾ ਦੁਖਦਾ ਨਹੀਂ ਦੁਖਦਾ ਨਹੀਂ ਕਿ ਦੁਖਦਾ ਆ ਦੁਖਦਾ ਹੈਗਾ ਹੁਣ ਜੇ ਤੈਨੂੰ ਕੀ ਦੱਸਾਂ ਤੂੰ ਤਾਂ ਬੇਬੇ ਢੰਗ ਕਰਦੀ ਆ ਸਰਾਸਰ ਤੇਰਾ ਤਾਂ ਉਹੀ ਪਤਾ ਲੱਗੀ ਜਾਂਦਾ ਵੀ ਤੂੰ ਤਾਂ ਬਾਲੀ ਢੰਗਣ ਹੈਗੀ ਤੂੰ ਮੈਨੂੰ ਮਾਰਿਆ ਕੁੱਟਿਆ ਤੈਨੂੰ ਮੈਂ ਹੁਣ ਆਏ ਦੱਸਾਂ ਵੀ ਮੇਰਾ ਗੋਡਾ ਹਟ ਗਿਆ ਜਾਂ ਦੁਖਦਾ ਨਾ ਇੱਥੇ ਚੁੱਲ੍ਹਾ ਬਣਾ ਕੇ ਰੋਟੀ ਖਾਵੇਂਗੀ ਤੂੰ ਹਾਂ ਹਾਏ ਮੈਂ ਮਰ ਗਿਆ ਇੱਥੇ ਤਾਂ ਬੇਬੇ ਗੰਦ ਖਿੰਡਿਆ ਪਿਆ ਮਣ ਮਣ ਏਸੀ ਦਾ ਪਾਣੀ ਆਉਂਦਾ ਇੱਥੇ ਤੇਰੇ ਕੰਨ ਕੋ ਤਾਂ ਮੈਂ ਰੂੜੀ ਤੇ ਬਹਿ ਕੇ ਖਾਵਾਂ ਤੇਰੀ ਤਾਂ ਮੈਂ ਬੈਰ ਨਾ ਅੱਛਾ ਜੇ ਤੂੰ ਮੈਨੂੰ ਗੋਡਾ ਤੋੜਤਾ ਬੈਰ ਨਾ ਮੈਂ ਤੇਰੀ ਦੇਖਦੀ ਆ ਮੈਂ ਤੈਨੂੰ ਰੋਟੀਆਂ ਪਕਾਉਂਦੀ ਨਹੀਂ ਕੋਈ ਨਹੀਂ ਚੁੱਲ੍ਹਾ ਤਾਂ ਇੱਥੇ ਬਣਦਾ ਨਹੀਂ ਆ ਕੀ ਕਰੀ ਜਾਂਦੀ ਤੂੰ ਜਲੂਸ ਕੱਢੀ ਜਾਂਦੀ ਆਂਢ ਗਵਾਂਢ ਚ ਕੀ ਆਖਣਗੇ ਲੋਕ ਆਏ ਨਹੀਂ ਕਹਿੰਦੇ ਮੈਨੂੰ ਪੁੱਛਦੇ ਆ ਵੀ ਤੇਰੇ ਗੋਡੇ ਤੇ ਕਿਵੇਂ ਸੱਤ ਵੱਜੀ ਤੂੰ ਐਂ ਕਹਿ ਦਿੰਦੀ ਵੀ ਗੋਡੇ ਤੇ ਮੇਰੇ ਮੇਰੀ ਕਰਤੂਤ ਨਾ ਵੱਜੀ ਮੈਂ ਮੇਰੀ ਨੂੰਹ ਨੂੰ ਜ਼ਹਿਰ ਪਾ ਕੇ ਦੇਤੀ ਸੀ ਐਂ ਦੱਸ ਦੇ ਕਰ ਲੋਕਾਂ ਨੂੰ ਮੈਂ ਕੋਈ ਨੂੰਹ ਨੂੰ ਜ਼ਹਿਰ ਨਹੀਂ ਪਾਈ ਮੈਂ ਕਿਹਾ ਮੇਰੀ ਨੂੰਹ ਦੇ ਭਰਜਾਈ ਨੇ ਮੇਰਾ ਗੋਡਾ ਤੋੜਤਾ ਹੋਰ ਮੈਂ ਨਹੀਂ ਮਾਰ ਪਾਪਾ ਨਹੀਂ ਮੇਰੀ ਭਰਜਾਈ ਨੂੰ ਕਿਵੇਂ ਬਦਨਾਮ ਕਰਦੀ ਐ ਦੁਸ਼ਟੀ ਹੋਈ ਦੇਖ ਲਾ ਕਿੱਡੀ ਗੱਪਣਾ ਗੱਪ ਤਾਂ ਇਹਦੇ ਐਂ ਭਰਿਆ ਹੋਇਆਗਾ ਰਗ ਰਗ ਚ ਐਡੀ ਢੰਗਣ ਬੁੜੀ ਐ ਇਹ ਦੇਖ ਲਾ ਤੂੰ ਲੋਕਾਂ ਨੂੰ ਆਪਦੀ ਕਰਤੂਤ ਵੀ ਦੱਸਿਆ ਕਰ ਬੇਬੇ ਦੂਜੇ ਦੀ ਤਾਂ ਦੱਸ ਦਿੰਦੀ ਆ ਮੂੰਹ ਚੱਕ ਕੇ ਹੁਣ ਨਾ ਤੂੰ ਮੇਰੇ ਕੋਲੇ ਖੜੀ ਬੋਲੀ ਜਾਣੀ ਆ ਫਿਰ ਤੂੰ ਕਹਿੰਦਾ ਨਹੀਂ ਮੈਂ ਬੁੜੀ ਭੜੀ ਆ ਫੋਨ ਕਰਦੀ ਆ ਪੇਕਿਆਂ ਨੂੰ ਮੈਂ ਤਾਂ ਇੱਥੇ ਖੜ ਕੇ ਬੋਲੂੰਗੀ ਮੈਂ ਤਾਂ ਦੇਖੂੰਗੀ ਤੂੰ ਕਿਵੇਂ ਰੋਟੀਆਂ ਪਕਾਉਣੀਆਂ ਮੈਂ ਕਿਹੜਾ ਕੁਝ ਸਿੱਖਦੀ ਆ ਰੋਟੀਆਂ ਪਕਾਉਣ ਮੈਂ ਜਾਣਦੀ ਆ ਰੋਟੀ ਦੇਖਦੀ ਆ ਤੇਰੇ ਲੱਛਣ ਦੇਖਦੀ ਆ ਮੈਂ ਕੋਈ ਨਹੀਂ ਮੈਂ ਤਾਂ ਗੋਡੇ ਤੇ ਦਰਦ ਹੋਣ ਲੱਗਾ ਇੱਥੇ ਖੜੀਆਂ ਮੈਂ ਕਿਤੇ ਨਹੀਂ ਜਾਂਦੀ ਤੂੰ ਵਗ ਜਾ ਆਪਦੇ ਘਰੇ ਆਪ ਦਾ ਘਰ ਹੀ ਆ ਮੇਰਾ ਘਰ ਹੀ ਆ 7 ਲੱਖ ਦਾ ਲੈਤਾ ਨਾ ਉਸ ਘਰੇ ਵਗ ਜਾ ਉਹ ਘਰ ਵੀ ਮੇਰਾ ਦਾ ਸਭ ਕੁਝ ਮੇਰਾ ਇਹ ਜਿੱਥੇ ਤੂੰ ਖੜੀ ਆ ਇਹ ਵੀ ਮੇਰਾ ਰੋਟੀਆਂ ਪੜਪੜੀਆਂ ਦੁਖਣ ਲਾਤੀਆਂ ਤੁਸੀਂ ਵਗ ਜੋ ਤੇਰਾ ਟੈਕ ਟੂਕ ਕਿਉਂ ਨਹੀਂ ਦਿੰਦਾ ਕਿਉਂ ਨਹੀਂ ਮਰਦੀ ਇਹਨੇ ਢੰਗ ਕਰਦੀ ਤੇਰਾ ਕੁਝ ਨਹੀਂ ਦੁਖਦਾ ਕੋਈ ਪੜਪੜੀਆਂ ਨਹੀਂ ਦੁਖਦੀਆਂ ਆ ਜਾ ਰੋਟੀ ਖਾ ਲੈ ਨਾ ਤਾਂ ਆਈ ਐ ਨਹੀਂ ਲੈ ਮਾਰਜ ਕਰਾ ਕੇ ਨਹੀਂ ਸਾਡੇ ਘਰੇ ਕਿੱਥੋਂ ਮੈਂ ਤਾਂ ਘਰ ਹੀ ਪੱਟਤਾ ਤਾਂ ਤਾਂ ਐ ਪੱਟਿਆ ਬੇਬੇ ਮੈਂ ਨਹੀਂ ਪੱਟਿਆ ਮੈਂ ਤਾਂ ਹਜੇ ਫੇਰ ਵੀ ਬਸਾਉਣ ਨੂੰ ਫਿਰਦੀ ਆ ਕਿੱਥੋਂ ਆਈ ਮੇਰੇ ਘਰੇ ਆ ਇੰਜੇ ਨਾ ਕਰ ਮੈਨੂੰ ਡਰ ਲੱਗਦਾ ਤੇਰੇ ਤੋਂ ਡਰ ਲੱਗਦਾ ਹੋਵੇ ਤੂੰ ਮੇਰੇ ਬਰਾਬਰੀ ਕਾਹਨੂੰ ਕਰੇ ਵਗ ਜਾ ਮੇਰਾ ਗੋਡਾ ਕਾਹਨੂੰ ਤੋੜ ਦੇ ਆਏ ਨਹੀਂ ਡਰ ਲੱਗਦਾ ਤੇਰੇ ਲੱਛਣਾ ਤੋਂ ਡਰ ਲੱਗਦਾ ਆ ਗਰੀਬਣੀ ਜੀ ਨਾ ਬਣ ਤੂੰ
भी बारी गरीबनी है तू आजा रोटी खा ला क्यों लहू पीता मेरा मैं आजा ला जा चल ना मैं रोटी तेरी पक्की नहीं खानी राजवीर मैं तेन कड़ीस के लेजू बंद मंगू जाना तो चल रोटी तो मैं खादी नहीं ना मैं तेरे घरे पवा ना बैठा तेरे घरे मैनू अहीं तपा मैं मसा खड़ा सदाया उत्थों माफिया मंग के गोडे तड़ा के हुण मैं दुबारे नहीं फसदी मैं हरप्रीत नूं फोन करदी आं भी आजा बेबे दी सर्विस करनी पऊगी दुबारे सदरा भाई हुण मैं तां आवे करे बैठी हुण तां ब्रांड गवांड हैगा छडा दूंगा ओथे मैनूं कौन सुणाउण वाला इत्थे भी कोई नहीं आउंदा सब तेरी करतूत जाणदे आ चल आ जा रोटी खा सिद्धी इत्थे दा मैं छडा इत्थे दा चल इधर मैनूं छडा देणगे तेरी गोडा दुखदा नहीं रही नहीं नूं सस्सदी सकीरी हुण रही नहीं सकीरी तां तूं तोड़ी आ बेबे मैं नहीं तोड़ी देख लक्षण तेरे माड़े सी मेरे नहीं मतलब तेनू केरा घरे लिया छड़ता आपका गलो गुलामा ला लिया आपके घरे रह बस कुछ कर तेरा भरा आवे तेरी भरजाई आवे कोई आवे गलत फलत तू कर पेक्यां नूं फोन जिहड़ी बुढ़ी पेक्यां नूं दसदी होवे उह घर नहीं वसाउंदी हुंदी जे मैं पेक्यां नूं ना दसदी हुंदी ना हां अज नूं इत्थे मेरा कुछ भी ना हुंदा कख भी ना हुंदा जे मैं पेक्यां नूं ना दसदी तां मैनूं मार के किद्दे दा खपाया हुंदा मैं तां ही खपाउंदी सी तैनूं भी पता जब वड्डा जावे इहदे पेक्यां नूं खड़ा सुट जे देख ला तेरे पेक्यां नूं खड़ा माड़ी सोच आ तेरी आ तेरी माड़ी सोच ना तैनूं इत्थी लई बैठी आ तेरे पेक्यां नूं मेरा खड़ा नहीं छुट्टिया थां दी थां रह गया ते हुण मैं अड्ड हो के छडाऊं तू गल सुन पहला इधर मेरी हाँ आ उम्र च ना लोग रब का ना लेंदे आ ते तू मरन मराउण दियां स्कीमां करदी आ तैनू शर्म आउणी चाहीदी आ मैं शर्म काहदी मन्ना जे तू पेक्यां दा घर बण मैं तां आपदा घरे मसां बैठी सी तैनू चाहीदा दाज पैसा होवे तैनू होर कुछ मैं होवां ना घरे पैसे होण कल्ले हैना तू घरे बणाउंदी नहीं कुछ घर दा ते बेबे इन्ना कुछ कीने बणाया थोड़े है की सी पहला आ सारा कुछ इत्थे बैठी सी तू आ तूड़ी वाले कमरे च आ कुछ तां नहीं देख्या सी इहदा तू दिखाता मैनू तेरी करतूत ना कई दिन हो गए ड्यूटी तो बैठी है मैं पता तेरे टीचर की गल्ला तू मेरी करतूत ना घरे नहीं रही दो दिन हो गए हाँ पेकी जांदी सी ओना देने है रोज ना हुण तू हटदी नहीं रोटी पकाई पई है जाके खा ला ना जलूस कड जेडी बची खुची इज्जत माड़ी मोटी रख ला आपदी राजवीर मैं तेरे हत्थां दी रोटी नहीं खांदी देख बेबे मेरी गल सुन आपदी इज्जत आपदे हत्थ हुंदी है तू हुण बेड़े च आपदी आप बेइज्जती करावेगी हो जांदे फिर मैं मरना तेथों रोटी खा के खबरे की पावेगी तू मैनू ला मैं की पाउणा तैनू तेरी भरजाई ने खबर की दे के तोरिया तेनू कुछ नहीं दे के तोरिया बेबे मैनू तेरे तैनू मार के मैं की कढ लूंगी इत्थे तुरी फिरदी चल कोई नहीं घरे तेरे वर्गी नहीं हैगी मैं भी तेनू घरों कढण नूं फिरदी आ तू कहदा मेरे कोई की दे दूंगा मार के मैनू इन्ना तरस खानी तू मेरे ते आहो बथेरे तरस खानी हुंदी भरजाई दे अख तो मारदी ता ना आ जा चंगा रोटी खा ला उठ जा तू मेरे मारिया ना ओ मेरे रड़कदागा ठीक है जहर देवा ना पैसे मंगा ना तेरे भरा तो ना तेथो मेथे तो गलती हो गई मैं सत्त लखीरां करतियां नक नाल ते खुशियां मना जे रोटी खानी है ता आ जा नहीं पर बैठी रह ना मैं नहीं खांदी तेरे हाथ दी रोटी तवा परांठा दे दे ओ ता मेरा है जे तू चुल्ले बना सकदी है ना तू तवा परांठा भी ले सकदी है जाके आपदा ले आ किसे तो मंग ले नाल तेरी वधिया इज्जत बनूगी मेरे तवे परांठा दे हाथ ना लाई रोटी खानी है खा सकदी है जी सदके ओ भई ए पकाई तू परांठा केड़ा कोई दाज ले आई सी कि तू ले आई होवा तवा परांत दा मेरा मेरे पैसों दा आया ओदा मेरे पेक्यां दा परांत मेरे पेक्यां दा तवा मैं तारा होर ले आ तू रख ले तू खुश रह जा मंग ले जा तेरा ढिड भर जे ते तेरी भरजाई दा भर जे तुसी खुश रहो तू भाग जा बोली जांदी है मैं बेशर्म देख ला हुण तवा परांत भी मंग के ल्याऊगी लोक देख ला की गल्लां करनगे आपां नूं की आ मारदी फिरंदे भकाईया ते चुल्ला जे ढा के जानी आ मैं आपे दुबारे बना लूगी बच्ची बनी है चुल्ल्या दी जलूस कढ़ के रखता घर दा वखरे सो चैनल ते जिन्ना वीरां ते भैणां ने सानू सोहणे सोहणे कमेंट कीते असीं नाम बोलण जा रहे हां।
कमलदीप बठिंडा, नरसी राम बठिंडा, जसविंदर राय, फकीर चंद शर्मा, अमनदीप कौर, सुखराज कौर गरेवाल, बसंत कौर, भारत भूषण सचदेवा, बॉबी राजा हांगकांग, डॉक्टर रणजीत सिंह खंगूड़ा लताला लुधियाना कैलगरी कैनेडा, सिमरनप्रीत कौर फलेवाल, हरविंदर कौर रामा मंडी जलंधर, स्वर्णजीत कौर चंडीगढ़, जीवन शर्मा पातड़ा, अमर सिंह पटियाला, बलजिंदर कौर लुधियाना, निशा गोयल, रणजीत सिंह, जसवंत सिंह बहादुरपुर, बलविंदर सिंह चाना, बीरपाल कौर चाना, रामगढ़िया रतिया हरियाणा, लखा सिंह, कमलेश कुमारी, जस्सी अमरीका शिमलापुरी लुधियाना, हरपाल कौर, मीना जैन हरियाणा, आयशा भुलर, ओमायशा भुलर, जुगराज भुलर, पप्पे शाह जी, सुखप्रीत सिंह संदोहा, रितु बाला, कुलदीप सिद्धू, बंटी गर्चा, प्रेमिका यूपी तो, नवी भुलर, बिशपजीत सिंह, सुरेंद्र कौर जौहल, मनप्रीत कौर बराड़, मनकीरत पूनिया, हरजिंदर कौर महेरना कलां जिला लुधियाना, गुरदेव मानसा जिला बठिंडा पंजाब, इंदू शर्मा पठानकोट, त्रिलोचन कौर जमशेदपुर, कुलवीर गिल, गुरदीप सिंह द्यों, नामसोत दीपा, राम सिंह, निर्मल सैनी हुशियारपुर, हैप्पी जोशी, जसबीर भिखी, विजय लक्ष्मी, दलजीत सिंह खंगूड़ा, कांता देवी लुधियाना, सुख डेरड़ी, हरमीत कौर खाख, हनी खंगूड़ा इंग्लैंड लंडन, चरणजीत भैरोवाल कलां। जिन्ना वीरां ते भैणां ने सानू सोहणे सोहणे कमेंट कीती है, कमेंट करन लई बहुत बहुत धन्नवाद। जिन्ना वीरां ते भैणां दे नाम बोलण मैनूं रह गए, असी दूसरी वीडियो दे विच जरूर बोलांगे। सानू कमेंट करन लई, सानू सुझाव देण लई, साडी सपोर्ट करन लई सारिआं दा बहुत बहुत धन्नवाद।